ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ, ਮੈਂ ਹਾਂ ਅਜੇ ਪਾਵਾ। ਅੱਜ ਅਸੀਂ ਆਏ ਹਾਂ ਪਿੰਡ ਸਰਾਭਾ ਦੇ ਵਿੱਚ ਕਰਤਾਰ ਸਿੰਘ ਸਰਾਭਾ ਆਯੁਰਵੈਦਿਕ ਹਸਪਤਾਲ ਦੇ ਵਿੱਚ, ਜਿੱਥੇ ਮਲਕੇ ਸਿੰਘ ਜੀ ਵੱਲੋਂ ਇੱਕ ਸੰਸਾਰ ਫਾਊਂਡੇਸ਼ਨ ਵੱਲੋਂ ਇੱਕ ਬਹੁਤ ਹੀ ਸੋਹਣਾ ਉਪਰਾਲਾ ਕਰਾਇਆ ਜਾ ਰਿਹਾ ਹੈਗਾ। ਅਸੀਂ ਜਾਣਦੇ ਹਾਂ ਉਪਰਾਲਾ ਕੀ ਹੈਗਾ, ਖਾਸ ਕੀ ਹੈਗਾ। ਮਲਕੇ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ, ਅਤੇ ਜਿਹੜਾ ਤੁਹਾਡੇ ਸੰਸਥਾ ਵੱਲੋਂ ਇੱਕ ਉਪਰਾਲਾ ਕਰਾਇਆ ਜਾ ਰਿਹਾ ਹੈਗਾ, ਇਹ ਉਪਰਾਲੇ ਦਾ ਕੀ ਖਾਸ ਕਾਰਨ ਹੈਗਾ, ਸਕਾਲਰਸ਼ਿਪ ਹਿਸਟਰੀ ਜਿਹੜਾ ਪ੍ਰੋਗਰਾਮ ਹੈਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵੀਰ ਜੀ, ਉਪਰਾਲਾ ਇੱਦਾਂ ਆ ਵੀ ਪੰਜਾਬ ਦੇ ਬੱਚਿਆਂ ਨੂੰ ਵਾਪਸ ਗੁਰੂ ਸਾਹਿਬਾਨ ਦੀ ਹਿਸਟਰੀ ਨਾਲ ਜੋੜਨ ਨੂੰ, ਨਾਲ ਉਹਨਾਂ ਨੂੰ ਧਾਰਮਿਕ ਵਿੱਦਿਆ ਵੀ ਮਿਲੇ, ਨਾਲ ਉਹਨਾਂ ਨੂੰ ਦੁਨਿਆਵੀ ਵਿੱਦਿਆ ਵੀ ਮਿਲੇ। ਫਿਰ ਇਹਦਾ ਸਕਾਲਰਸ਼ਿਪ ਤਾਂ ਇੱਦਾਂ ਸੀਗਾ ਵੀ 10 ਗੁਰੂ ਸਾਹਿਬਾਨ ਉੱਤੇ ਆਪਾਂ ਹਿਸਟਰੀ ਰੱਖੀਏ, ਕੰਪਟੀਸ਼ਨ ਰੱਖਿਆ ਆ, ਉਹਦੇ ਵਿੱਚੋਂ 10 ਬੱਚੇ ਚੁਣੇ ਜਾਊਗੇ। ਉਹ 10 ਬੱਚਿਆਂ ਨੂੰ ਸ਼ਹੀਦ ਕਰਤਾਰ ਸਿੰਘ ਸਾਹਿਬਾ ਨਰਸਿੰਗ ਕਾਲਜ ਜਾਂ ਖਾਲਸਾ ਕਾਲਜ ਲਾਲਪੁਰ ਵਾਲਾ, ਉੱਥੇ ਜਿਹੜੀ ਵੀ ਪੜ੍ਹਾਈ ਚਾਹੋਗੇ ਬੱਚੇ, ਭਾਵੇਂ ਉਹ 4 ਸਾਲ ਦੀ BSc ਆ, 3 ਸਾਲ ਦੇ GNM ਆ, ਜਿਹੜਾ ਵੀ ਕੋਰਸ ਚਾਹੋਗੇ ਉਹ ਸਾਡੇ ਵੱਲੋਂ ਸੰਸਥਾ ਵੱਲੋਂ ਮੁਫਤ ਆ, ਕੈਂਪਸ ਦੇ ਨਾਲ ਵੀ ਮੁਫਤ ਆ। ਜਿਹੜਾ ਇਹ ਉਪਰਾਲਾ ਤੁਹਾਡੇ ਵੱਲੋਂ ਕਰਾਇਆ ਜਾ ਰਿਹਾ, ਸਿੱਖ ਹਿਸਟਰੀ ਨੂੰ ਲੈ ਕੇ ਇੱਕ ਕੰਪੀਟੀਸ਼ਨ ਹੈਗਾ, ਇਹ ਜਿਹੜਾ ਕੰਪੀਟੀਸ਼ਨ ਹੈਗਾ ਸੰਸਥਾ ਵੱਲੋਂ ਪਹਿਲੀ ਵਾਰੀ ਕਰਾਇਆ ਜਾ ਰਿਹਾ? ਹਾਂਜੀ, ਆਪਾਂ ਪੰਜਾਬ ਵਿੱਚ ਜਨਵਰੀ 'ਚ ਆਏ ਸੀ, ਉੱਦਾਂ ਸਾਡੀ ਸੰਸਥਾ 2 ਸਾਲ ਦੀ ਕੈਂਡ ਵਿੱਚ ਹੈਗੇ ਸੀਗੇ, ਅਤੇ ਹੁਣ ਆਪਾਂ 2 ਪ੍ਰੋਜੈਕਟਾਂ ਪੰਜਾਬ ਵੱਲ ਲੈ ਕੇ ਆਏ ਸੀਗੇ। ਤੁਸੀਂ ਸਾਡੇ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰ ਚੁੱਕੇ ਹਾਂ ਵੀ ਜਿਹੜੇ ਆਪਾਂ ਗੜ ਸ਼ੁਰੂ ਕੀਤੇ ਉੱਥੇ ਜਲੰਧਰ ਗਾਖਲਾ ਪਿੰਡ ਨੂੰ, ਅਤੇ ਹੁਣ ਆਪਾਂ ਵੱਡਿਆਂ ਬੱਚਿਆਂ ਲਈ, ਕਿਉਂਕਿ ਇੱਦਾਂ ਆ ਵੀ ਕਈ ਬੱਚੇ ਪੜ੍ਹਨਾ ਚਾਹੁੰਦੇ ਆ ਅਗਾਂਹ, ਪਰ ਕਈ ਫੈਮਿਲੀ 'ਚ ਇੱਦਾਂ ਦੀ ਉਹਨਾਂ ਦੀ ਤਨਖਾਹ ਹੁੰਦੀ ਆ ਵੀ ਉਹ ਗਾਂਹ ਬੱਚੇ ਨੂੰ ਨਹੀਂ ਪੜ੍ਹਾ ਸਕਦੇ। ਫਿਰ ਆਪਾਂ ਨਾਲ ਨਾਲ ਗੁਰੂ ਸਾਹਿਬ ਨਾਲ ਸਿੱਖੀ ਨਾਲ ਜਿਹੜੇ ਬੱਚੇ ਗੁਰੂ ਸਾਹਿਬਾਨ ਦੀ ਹਿਸਟਰੀ ਤੋਂ ਵਿਸਰ ਗਏ ਨੇ, ਉਹਨਾਂ ਨੂੰ ਵਾਪਸ ਆਪਾਂ ਉਪਰਾਲਾ ਵੀ ਵਾਪਸ ਸਿੱਖੀ ਵੱਲ ਨੂੰ ਲੈ ਕੇ ਆਈਏ, ਅਤੇ ਨਾਲ ਨਾਲ ਉਹਨਾਂ ਨੂੰ ਜਿਹੜੀ ਵੀ ਪੜ੍ਹਾਈ ਵਿੱਚ ਆਉਂਦੇ ਉਹ ਵੀ ਕਰਾਈਏ। ਤੁਹਾਨੂੰ ਲੱਗਦਾ ਹੈ ਕਿ ਜਿਹੜਾ ਹਿਸਟਰੀ ਦੇ ਨਾਲ ਜੁੜਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ? ਅੱਜ ਦੀ ਡੇਟ ਦੇ ਵਿੱਚ ਗੈਜਟਸ ਜਿਹੜੇ ਹੈਗੇ ਨੇ ਸਾਰਿਆਂ ਦੇ ਕੋਲ ਹੈਗੇ ਨੇ, ਅਤੇ ਔਨਲਾਈਨ ਜਿਹੜੀ ਹਿਸਟਰੀ ਹੈਗੀ ਆ, ਔਨਲਾਈਨ ਜਿਹੜੀ ਪੰਜਾਬ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਆ, ਹਿਸਟਰੀ ਨੂੰ ਔਨਲਾਈਨ ਵੀ ਕਰਨਾ ਚਾਹੀਦਾ, ਜਿਹੜਾ ਅਪਡੇਸ਼ਨ ਆਉਂਦੀ ਰਹੇ, ਸਾਰੇ ਬੱਚੇ ਉਸ ਚੀਜ਼ ਨੂੰ ਯਾਦ ਕਰਦੇ ਨੇ, ਪੜ੍ਹਦੇ ਰਹਿਣ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਗੱਲ ਕੀਤੀ ਜਾਵੇ ਕਈਆਂ ਨੂੰ ਹਿਸਟਰੀ ਬਾਰੇ ਨੌਲੇਜ ਨਹੀਂ ਹੈਗੀ ਆ। ਹਾਂਜੀ ਵੀਰ ਜੀ, ਜ਼ਰੂਰੀ ਆ, ਕਿਉਂਕਿ ਪੰਜਾਬ ਜਿਹੜਾ ਇਹ ਗੁਰੂ ਸਾਹਿਬਾਨਾਂ ਕਰਕੇ ਵਸਦਾ ਆ, ਅਤੇ ਜ਼ਰੂਰੀ ਆ ਵੀ ਬੱਚੇ ਸਾਰੇ ਐਟਲੀਸਟ ਸਾਡੇ 10 ਗੁਰੂਆਂ ਦੀ ਸਾਰੀ ਹਿਸਟਰੀ ਅਤੇ ਗੁਰਬਾਣੀ ਨਾਲ ਜੁੜਨ, ਅਤੇ ਸਾਡਾ ਉਪਰਾਲਾ ਇਹੀ ਆ ਵੀ ਵੱਧ ਤੋਂ ਵੱਧ ਚੜ੍ਹ ਕੇ ਵੀ ਆਪਾਂ ਸਾਰੇ ਰਲ ਮਿਲ ਕੇ ਉਪਰਾਲਾ ਕਰੀਏ ਵੀ ਬੱਚਿਆਂ ਨੂੰ ਕਮ ਸੇ ਕਮ ਘਰੋ ਬਚਪਨ ਵਿੱਚ ਵੀ ਆਪਾਂ ਉਹਨੂੰ ਸਿਖਾਈਏ, ਉਹਨਾਂ ਨੂੰ ਸਿਖਾਈਏ ਗੁਰੂ ਸਾਹਿਬਾਨ ਬਾਰੇ ਹਿਸਟਰੀ ਦੱਸੀ ਉਹਨਾਂ ਨੂੰ। ਜਿਹੜੇ ਅੱਜ ਬੱਚੇ ਆਏ ਨੇ, ਕਿੱਥੋਂ ਕਿੱਥੋਂ ਆਏ ਨੇ ਇਸ ਕਾਲਜ ਦੇ ਵਿੱਚ? ਇਹ ਆਲ ਓਵਰ ਪੰਜਾਬ ਆਏ ਨੇ, ਆਪਾਂ ਉਪਰਾਲਾ ਕੀਤਾ ਸੀਗਾ, ਐਡਵਰਟਾਈਜ਼ਮੈਂਟ ਕੀਤੀ ਸੀ ਥਰੂ ਮੀਡੀਆ ਚੈਨਲਸ, ਇੰਸਟਾਗ੍ਰਾਮ, ਅਤੇ ਸਾਰੇ ਪਾਸੇ ਆਏ ਨੇ ਬੱਚੇ। ਕੀ ਤੁਸੀਂ ਇੱਕ ਤੁਹਾਡੇ ਵਿਚਾਰ ਗੋਸ਼ਟੀ ਜਿਹੜੀ ਹੈਗੀ, ਲੋਕ ਤੁਹਾਨੂੰ ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ? ਆਮ ਜਨਤਾ ਜਿਹੜੀ ਹੈਗੀ, ਪੰਜਾਬ ਦੀ ਜਨਤਾ ਵੀ ਦੇਖ ਰਹੀ ਹੈ, ਦੇਸ਼ ਵਿਦੇਸ਼ 'ਚ ਵੀ ਲੋਕ ਤੁਹਾਨੂੰ ਦੇਖ ਰਹੇ ਨੇ। ਆਪਾਂ ਇਹੀ ਕਹਿਣਾ ਚਾਹੂੰਗੇ ਵੀ ਇੱਕ ਸੰਸਾਰ ਫਾਊਂਡੇਸ਼ਨ ਵੱਲੋਂ ਵੀ ਇਹ ਸਾਡਾ ਪਹਿਲਾ ਹਿਸਟਰੀ ਕੰਪਟੀਸ਼ਨ ਆ ਵੀ ਆਪਾਂ ਹਰੇਕ ਸਾਲ ਕਰਾਉਂਗੇ, ਅਤੇ ਜਿਹੜੇ ਬੱਚੇ ਬੱਚੀਆਂ ਪੜ੍ਹਨਾ ਚਾਹੁੰਦੇ ਆ ਵੀ ਤੁਸੀਂ ਰੋਜ਼ ਐਟਲੀਸਟ ਸਿੱਖ ਹਿਸਟਰੀ ਬਾਰੇ ਪੜ੍ਹੋ, ਕਿਉਂਕਿ ਜੇ ਇਸ ਸਾਲ ਨਹੀਂ ਤੁਸੀਂ ਅਗਲੇ ਸਾਲ ਭਾਗ ਲੈ ਕੇ, ਅਤੇ ਸਾਡਾ ਇੰਸਟਾਗ੍ਰਾਮ ਪੇਜ ਫੋਲੋ ਕਰੀਓ, ਅਤੇ ਉੱਥੇ ਤੁਸੀਂ ਪਤਾ ਕਰ ਸਕਦੇ ਵੀ ਆਪਾਂ ਅਗਲਾ ਕੰਪਟੀਸ਼ਨ ਕਦੋਂ ਰੱਖਣਾ ਆ ਅਤੇ ਕਦ ਕਰਾ ਰਹੇ ਹਾਂ, ਅਤੇ ਉਦੋਂ ਤੁਸੀਂ ਰਜਿਸਟ੍ਰੇਸ਼ਨ ਕਰਾ ਕੇ ਜ਼ਰੂਰ ਆਇਓ। ਬਾਕੀ ਸਿੱਖ ਹਿਸਟਰੀ ਨਾਲ ਜੁੜੋ ਸਾਰੇ ਜਾਣੇ, ਉਹਦੇ ਨਾਲ ਪੜ੍ਹ ਕੇ ਤੁਹਾਨੂੰ ਉਪਰਾਲਾ ਮਿਲੂਗਾ, ਅਤੇ ਸਾਡੇ ਵੱਲੋਂ ਜਦੋਂ ਆਪਾਂ ਕੰਪਟੀਸ਼ਨ ਕਰਾਉਂਗੇ, ਬੱਚੀਆਂ ਜਿਹੜੀਆਂ ਗਾਂਹ ਪੜ੍ਹਨਾ ਚਾਹੁੰਦੀਆਂ ਕੰਪਟੀਸ਼ਨ 'ਚ ਭਾਗ ਲੈ ਕੇ ਸਕਾਲਰਸ਼ਿਪ ਹਾਸਲ ਕਰ ਸਕਦੀਆਂ ਨੇ। ਮਲਕੇ ਜੀ, ਇੱਕ ਚੀਜ਼ ਹੈਗੀ ਹੈ ਵੀ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਆਪਣੇ ਪੰਜਾਬੀ ਜਿਹੜੇ ਹੈਗੇ ਨੇ, ਜ਼ਮੀਨੀ ਜੁੜੇ ਹੋਏ ਨੇ, ਜਿਹੜੇ ਪੰਜਾਬ ਦਾ ਕਲਚਰ ਹੈਗਾ ਉਹ ਪੱਛਮੀ ਕਲਚਰ ਟੱਚ ਹੁੰਦਾ ਜਾ ਰਿਹਾ ਹੈਗਾ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਆਪਣੇ ਲੋਕ ਬਾਹਰ ਬੈਠੇ ਨੇ ਵਿਦੇਸ਼ਾਂ 'ਚ ਹੈਗੇ ਨੇ, ਉਹ ਪੰਜਾਬ ਨੂੰ ਪਿਆਰ ਕਰਦੇ ਨੇ, ਉਹ ਪੰਜਾਬ ਦੇ ਵਿੱਚ ਕੁਛ ਨਾ ਕੁਛ ਐਕਟੀਵਿਟੀ ਕਰਨਾ ਚਾਹੁੰਦੇ ਨੇ ਸਿੱਖ ਹਿਸਟਰੀ ਨੂੰ ਲੈ ਕੇ, ਲੇਕਿਨ ਪੰਜਾਬ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹ ਇਸ ਚੀਜ਼ ਦੇ ਵਿੱਚ ਗੌਰ ਨਹੀਂ ਕਰਦੇ? ਇਹਦੇ ਬਾਰੇ ਹੁਣ ਆਪਾਂ ਕੀ ਕਹਿ ਸਕੀਏ, ਸਭ ਉਹਦੇ ਗੁਰੂ ਸਾਹਿਬ ਦੇ ਹੁਕਮ ਵਿੱਚ ਹੀ ਹੋ ਰਿਹਾ ਆ ਵੀ ਜਦੋਂ ਤਾਂਘ ਲੱਗਦੀ ਹੈ ਪੰਜਾਬ ਲਈ ਬਾਹਰ ਬੈਠੇ ਹਾਂ, ਅਤੇ ਜਿਹੜੇ ਇੱਥੇ ਆ, ਮੈਂ ਮਹਿਸੂਸ ਕੀਤਾ ਇਸ ਮਹੀਨੇ ਵਿੱਚ ਵੀ ਉਹ ਬਾਹਰਲੀ ਤਾਂਘ ਖਿੱਚਦੀ ਆ ਉਹਨਾਂ ਨੂੰ, ਪਰ ਬਾਹਰ ਵੀ ਜਾਣਾ ਆ, ਮਾੜੀ ਗੱਲ ਨਹੀਂ ਆ, ਜਾਣਾ ਚਾਹੀਦਾ ਆ,
ਕਈਆਂ ਦੇ ਘਰਾਂ ਦੇ ਹਾਲਾਤ ਇੱਦਾਂ ਹੁੰਦੇ ਵੀ ਬਾਹਰ ਜਾਣਾ ਪੈਂਦਾ ਆ, ਪਰ ਆਪਣੀ ਮਿੱਟੀ ਨਾਲ ਜੁੜੇ ਰਹੋ, ਆਪਣੀ ਹਿਸਟਰੀ ਨਾਲ ਜੁੜੇ ਰਹੋ, ਇਹਨੂੰ ਨਾ ਛੱਡੋ। ਲੇਕਿਨ ਜਿਹੜਾ 15-20 ਲੱਖ ਰੁਪਏ ਲਗਾ ਕੇ ਜੋ ਬਾਹਰ ਜਾ ਰਿਹਾ, ਤੁਹਾਨੂੰ ਲੱਗਦਾ ਉਹ 15-20 ਲੱਖ ਜਿਹੜਾ ਇੱਥੇ ਹੀ ਲਗਾ ਕੇ ਕੋਈ ਇਸ ਤਰ੍ਹਾਂ ਦਾ ਬਿਜ਼ਨਸ ਸਟਾਰਟਅਪ ਕਰੇ ਵੀ ਪੰਜਾਬ ਨੂੰ ਜਿਹੜਾ ਯੁਵਾ ਹੈਗਾ ਉਹ ਕਿਤੇ ਨਾ ਕਿਤੇ ਅੱਛੀ ਰਾਹ 'ਤੇ ਲੈ ਜਾਵੇ? ਇਹ 'ਚ ਹੁਣ ਆਪਾਂ ਨਹੀਂ ਕੁਛ ਕਹਿ ਸਕਦੇ, ਉਹਨਾਂ ਦੀ ਮਰਜ਼ੀ ਆ ਜੀ। ਵੀ ਬਸ ਇਹ ਆ ਵੀ ਬਾਹਰ ਵੀ ਜਾਂਦੇ ਹਾਂ ਤੁਸੀਂ ਆਪਣੇ ਕਲਚਰ ਨਾਲ, ਆਪਣੀ ਹਿਸਟਰੀ ਨਾਲ, ਆਪਣੀ ਦਸਤਾਰ ਨਾਲ, ਇਹਦੇ ਨਾਲ ਜੁੜੇ ਰਹੋ। ਅੱਜ ਕਿਸ ਤਰ੍ਹਾਂ ਦੇ ਮੁਕਾਬਲੇ ਹੈਗੇ? ਜ਼ਿਆਦਾਤਰ ਸਿੱਖ ਹਿਸਟਰੀ ਨੂੰ ਲੈ ਕੇ ਇੱਕ ਐਗਜ਼ਾਮੀਨੇਸ਼ਨਸ ਹੈਗੇ ਜਾਂ ਕੋਈ ਹੋਰ ਵੀ ਮੁਕਾਬਲਾ ਕਰਾਇਆ ਜਾਏਗਾ? ਨਹੀਂ, ਬਸ ਅੱਜ ਬੱਚਿਆਂ ਦਾ ਸਵੇਰੇ 9:30 ਰਜਿਸਟ੍ਰੇਸ਼ਨ ਹੋ ਗਈ ਸੀ, ਅਤੇ ਉਹਦੇ ਬਾਅਦ 'ਚੋਂ ਉਹਨਾਂ ਦਾ ਹੁਣ ਇਸ ਵੇਲੇ ਉੱਤੇ ਤੁਸੀਂ ਬਾਈਕ ਚਲਾ ਲਏ ਹੋਣੇ ਆ, ਅਤੇ ਉਹਨਾਂ ਦਾ ਰਿਟਨ ਐਗਜ਼ਾਮ ਚੱਲਦਾ ਪਿਆ ਹੈ। ਉਸ ਤੋਂ ਬਾਅਦ 'ਚੋਂ ਆਪਾਂ ਆਡੀਟੋਰੀਅਮ ਵਿੱਚ ਵਿਨਰਸ ਅਨਾਊਂਸ ਕਰਾਂਗੇ, ਸਕਾਲਰਸ਼ਿਪ ਸੈਂਡ ਆਊਟ ਕਰਾਂਗੇ, ਅਤੇ ਇੰਨਾ ਹੀ ਆ। ਮੇਰੇ ਨਾਲ ਸਰ, ਕੀ ਨਾਮ ਹੈ ਸਰ ਤੁਹਾਡਾ? ਸਿੰਘ ਆਖਲ। ਕੁਲਵਿੰਦਰ ਜੀ, ਜਿਹੜਾ ਅੱਜ ਦਾ ਸਿੱਖ ਇਤਿਹਾਸ ਨੂੰ ਲੈ ਕੇ ਇੱਕ ਕੰਪੀਟੀਸ਼ਨ ਕਰਾਇਆ ਜਾ ਰਿਹਾ ਹੈਗਾ ਲਿਖਤ ਰੂਪ ਦੇ ਵਿੱਚ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਦੇ ਕੰਪੀਟੀਸ਼ਨ ਕਿਉਂ ਜ਼ਰੂਰੀ ਨੇ? ਦੇਖੋ, ਜਦੋਂ ਅਸੀਂ ਆਪਣੇ ਪੰਜਾਬ ਦੀ ਮਿੱਟੀ ਨਾਲ ਜੁੜਨਾ ਹੈ ਤਾਂ ਬੜਾ ਜ਼ਰੂਰੀ ਹੈ ਕਿ ਆਪਾਂ ਜਿਹੜੇ ਕੰਪੀਟੀਸ਼ਨ ਦੇ ਵਿੱਚ ਜੁੜੀਏ, ਕਿਉਂਕਿ ਜਿੰਨੀ ਦੇਰ ਅਸੀਂ ਕੰਪੀਟੀਸ਼ਨ ਵਿੱਚ ਨਹੀਂ ਜੁੜਦੇ ਨਾ, ਉਨੀ ਦੇਰ ਸਾਡੇ ਮਨ ਦੇ ਵਿੱਚ ਕੋਈ ਵੀ ਗੱਲ ਇਦਾਂ ਦੀ ਨਹੀਂ ਆਉਂਦੀ ਕਿ ਅਸੀਂ ਕਿਤੇ ਨਾ ਕਿਤੇ ਸਕਸੈਸ ਪ੍ਰਾਪਤ ਕਰ ਸਕੀਏ। ਜਦੋਂ ਅਸੀਂ ਕੰਪੀਟੀਸ਼ਨ 'ਚ ਜੁੜਾਂਗੇ ਤਾਂ ਆਪਣੇ ਆਪ ਸਾਡੇ ਵਿੱਚ ਸਪਿਰਿਟ ਆਵੇਗੀ। ਬਾਕੀ ਜੋ ਸਾਡੇ ਗੁਰੂ ਸਾਹਿਬਾਨ ਕਹਿ ਗਏ ਨੇ ਕਿ ਨਾਮ ਜਪੋ, ਵੰਡ ਕੇ ਛਕੋ, ਧਰਮ ਦੀ ਕਿਰਤ ਕਰੋ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਇਸ ਤਰ੍ਹਾਂ ਦੇ ਇਗਜ਼ਾਮ ਕਿਉਂ ਜ਼ਿਆਦਾ ਜ਼ਰੂਰੀ ਨੇ ਸਿੱਖ ਇਤਿਹਾਸ ਨੂੰ ਲੈ ਕੇ? ਦੇਖੋ, ਜ਼ਰੂਰੀ ਇਸ ਕਰਕੇ ਕਿਉਂਕਿ ਬੱਚੇ ਆਪਣਾ ਵਿਰਸਾ ਭੁੱਲਦੇ ਜਾ ਰਹੇ ਆ, ਬੱਚੇ ਗੁਰੂ ਸਾਹਿਬਾਨ ਦੀਆਂ ਜੋ ਸਿੱਖਿਆਵਾਂ ਉਹਨਾਂ ਨੂੰ ਭੁੱਲਦੇ ਜਾ ਰਹੇ ਨੇ, ਅਤੇ ਜਦੋਂ ਅਸੀਂ ਕੰਪੀਟੀਸ਼ਨ ਕਰਵਾਵਾਂਗੇ ਬੱਚੇ ਉਸ ਕੰਪੀਟੀਸ਼ਨ ਦੀ ਤਿਆਰੀ ਦੇ ਵਾਸਤੇ ਕੁਝ ਨਾ ਕੁਝ ਪੜ੍ਹਨਗੇ ਤਾਂ ਜ਼ਰੂਰ। ਜਦੋਂ ਬੱਚੇ ਪੜ੍ਹਨਗੇ ਉਹਨਾਂ ਨੂੰ ਯਾਦ ਹੋਵੇਗਾ, ਜਦੋਂ ਬੱਚਿਆਂ ਨੂੰ ਯਾਦ ਹੋਏਗਾ, ਜਦੋਂ ਗੁਰਬਾਣੀ ਪੜ੍ਹਨਗੇ ਉਹਦੇ ਉੱਤੇ ਚੱਲਣ ਦੀ ਵੀ ਕੋਸ਼ਿਸ਼ ਕਰਨਗੇ, ਜਦੋਂ ਚੱਲਣ ਦੀ ਕੋਸ਼ਿਸ਼ ਕਰਨਗੇ ਜੀਵਨ ਆਪਣੇ ਆਪ ਸੁਧਾਰਤ ਆਏਗੀ, ਅਤੇ ਇਹ ਬੜਾ ਜ਼ਰੂਰੀ ਹੈ। ਬਾਕੀ ਜੋ ਪੰਜਾਬ ਦੀ ਮਿੱਟੀ ਹੈ ਇਹੋ ਜਿਹੀ ਮਿੱਟੀ ਆ ਜਿਹਦਾ ਰੰਗ ਸਧੂਰੀ ਏ, ਇਹ ਗੋਰੀ ਚਿੱਟੀ ਏ, ਇਹਨੂੰ ਮੈਲੀ ਨਹੀਂ ਕਰਨਾ, ਮੇਰੇ ਪੰਜਾਬ ਦੀ ਮਿੱਟੀ ਏ। ਅਤੇ ਮੇਰੇ ਪੰਜਾਬ ਦੀ ਮਿੱਟੀ ਦੇ ਵਿੱਚ ਤੁਹਾਨੂੰ ਪਤਾ ਕਿ ਨਸ਼ੇ ਵੀ ਕੁਝ ਆ ਰਹੇ ਨੇ। ਅਗਰ ਜਦੋਂ ਬੱਚੇ ਇਸ ਗੁਰਬਾਣੀ ਨਾਲ ਜੁੜਨਗੇ, ਗੁਰੂ ਇਤਿਹਾਸ ਨਾਲ ਜੁੜਨਗੇ, ਤਦ ਉਹ ਕਾਫੀ ਸਾਰੀਆਂ ਬੁਰਾਈਆਂ ਤੋਂ ਉਹਨਾਂ ਤੋਂ ਵੀ ਦੂਰ ਰਹਿ ਸਕਣਗੇ, ਔਰ ਇਸ ਕਰਕੇ ਇਹ ਬੜਾ ਜ਼ਰੂਰੀ ਹੈ। ਔਰ ਦੂਜੀ ਗੱਲ ਹੈ, ਜੋ ਇੱਕ ਸੰਸਾਰ ਫਾਊਂਡੇਸ਼ਨ ਮੇਰੇ ਵੀਰ ਮਲਕੀਤ ਸਿੰਘ ਉਹਨਾਂ ਨੇ ਜੋ ਸ਼ੇਅਰ ਕੀਤਾ ਹੈ, ਉਹਨਾਂ ਦਾ ਇਹੋ ਉਪਰਾਲਾ ਇਸ ਕਰਕੇ ਹੈ ਕਿ ਕੁਝ ਬੱਚੇ ਜਿਹੜੇ ਘਰਾਂ ਦੇ ਵਿੱਚ ਬੈਠੇ ਹੈ, ਗਰੀਬੀ ਦੀ ਰੇਖਾ ਦੇ ਥੱਲੇ ਹੈਗੇ ਨੇ, ਉਹ ਪੜ੍ਹਾਈ ਨਹੀਂ ਕਰ ਸਕਦੇ, ਔਰ ਉਹਨਾਂ ਦੇ ਵਾਸਤੇ ਪੜ੍ਹਾਈ ਦਾ ਜਿਹੜਾ ਪ੍ਰਬੰਧ ਹੈ ਇੱਕ ਫ੍ਰੀ ਕਰਨਾ ਹੈ, ਦੂਜਾ ਹੋਸਟਲ ਦਾ ਖਰਚਾ ਦੇਣਾ, ਕੋਈ ਛੋਟੀ ਜਿਹੀ ਗੱਲ ਤਾਂ ਹੈ ਨਹੀਂ। ਇਸ ਕਰਕੇ ਬੜਾ ਇਹ ਜ਼ਰੂਰੀ ਹੈ। ਅਤੇ ਮੇਰੇ ਨਾਲ ਹੀ ਮੇਰੇ ਪਿੰਡ ਗਾਖਲ ਤੋਂ ਬੱਚੀ ਕਿਰਨ ਹੈ, ਬੱਚੀ ਜਸਪ੍ਰੀਤ ਹੈ, ਸਾਡਾ ਜੋ ਜ਼ਿਲ੍ਹਾ ਜਲੰਧਰ ਹੈ, ਕਾਫੀ ਦੂਰ ਤੋਂ ਅਸੀਂ ਆਏ ਹਾਂ। ਅਗਰ ਅਸੀਂ 100 ਕਿਲੋਮੀਟਰ ਤੋਂ ਆਏ ਹਾਂ, ਸਾਡੀ ਤਾਂਘ ਸੀ, ਸਾਡੇ ਮਨਾਂ ਨੂੰ ਖਿੱਚ ਸੀ, ਅਰੀ ਤਦ ਹੀ ਅਸੀਂ ਤੁਹਾਡੇ ਲੁਧਿਆਣਾ ਜ਼ਿਲ੍ਹੇ 'ਚ ਪਹੁੰਚੇ ਹਾਂ। ਇਸ ਕਰਕੇ ਬੜਾ ਉਪਰਾਲਾ ਉਹਨਾਂ ਦਾ ਵਧੀਆ ਹੈਗਾ। ਹਾਂਜੀ, ਇਹ ਬੱਚੇ ਮੇਰੇ ਨਾਲ ਮੌਜੂਦ ਨੇ ਜਿਹੜਿਆਂ ਨੇ ਇਗਜ਼ਾਮ ਦਿੱਤਾ ਹੈਗਾ ਸਿੱਖ ਇਤਿਹਾਸ ਨੂੰ ਲੈ ਕੇ, ਜਿਹੜੇ ਇਗਜ਼ਾਮ ਹੋਏ ਨੇ ਇੱਕ ਸੰਸਾਰ ਫਾਊਂਡੇਸ਼ਨ ਵੱਲੋਂ। ਬੇਟਾ, ਜਿਹੜਾ ਇਗਜ਼ਾਮ ਦਿੱਤਾ ਗਿਆ ਹੈਗਾ ਤੁਹਾਡੇ ਵੱਲੋਂ, ਕਿੰਨਾ ਕੁ ਜ਼ਰੂਰੀ ਤੁਹਾਨੂੰ ਲੱਗਦਾ ਹੈਗਾ? ਤੁਹਾਨੂੰ ਉਹਦੇ ਵਿੱਚ ਕੀ ਸਿੱਖਣ ਨੂੰ ਮਿਲਿਆ, ਜਿਹੜੇ ਸਵਾਲ ਜਵਾਬ ਉਹਦੇ ਵਿੱਚ ਕੀਤੇ ਨੇ? ਸਾਨੂੰ ਗੁਰੂ ਸਾਹਿਬਾਂ ਬਾਰੇ ਸਿੱਖਣ ਨੂੰ ਮਿਲਿਆ ਕਿ ਉਹਨਾਂ ਦੀ ਜਨਮ, ਉਹਨਾਂ ਦੀ ਡੈਥ ਕਦੋਂ ਹੋਈ ਆ, ਅਤੇ ਸਾਰੇ ਰਿਲੇਟਡ ਸੀਗੇ ਸਰ। ਜਿਹੜਾ ਅੱਜ ਦੀ ਡੇਟ ਦੇ ਵਿੱਚ ਆਪਾਂ ਸਾਰੇ ਮੋਬਾਈਲ ਚਲਾ ਰਹੇ ਹਾਂ, ਐਂਡਰਾਇਡ ਫੋਨ ਚਲਾਉਂਦੇ ਹਾਂ, ਉਹਦੇ ਵਿੱਚ ਆਪਾਂ ਗੂਗਲ ਦੇ ਵਿੱਚ ਵੀ ਸਰਚਿੰਗ ਕਰਦੇ ਹਾਂ, ਜਿਹੜਾ ਤੁਸੀਂ ਰਿਟਨ 'ਚ ਦੇਖਿਆ ਹੈਗਾ ਗੂਗਲ ਦੇ ਵਿੱਚ ਸਰਚਿੰਗ, ਉਹਦੇ ਵਿੱਚ ਕੁਛ ਅਲੱਗ ਹੁੰਦਾ ਹੈ ਜਾਂ ਸੇਮ ਕੁਛ ਦੇਖਣ ਨੂੰ ਮਿਲੇਗਾ? ਕਾਫੀ ਡਿਫਰੈਂਸ ਹੈ, ਇੱਥੋਂ ਆਪਾਂ ਆਪ ਆਪਣੀ ਸਟੱਡੀ ਕਰਨੀ ਉੱਥੇ।
ਉਹ ਤਾਂ ਜਸਟ ਲਾਈਕ ਇੱਕ ਕਾਪੀਰਾਈਟ ਹੋ ਗਿਆ ਹੈਗਾ, ਇੱਥੇ ਤੁਹਾਨੂੰ ਕਿਤਾਬਾਂ ਰਾਹੀਂ ਜਿਹੜਾ ਕੁਛ ਮਿਲ ਜਾਏਗਾ ਉਹ ਅੱਛਾ ਹੋਏਗਾ। ਤੁਸੀਂ ਜਿਹੜਾ ਐਗਜ਼ਾਮ ਦਿੱਤਾ ਹੈਗਾ ਤੁਸੀਂ ਕੀ ਸਿੱਖਿਆ ਹੈਗਾ? ਅਸੀਂ ਇਹ ਸਿੱਖਿਆ ਵਾ ਕਿ ਜਿੱਦਾਂ ਹੁਣ ਆਪਾਂ ਨੂੰ ਨਈ ਜਾਣਕਾਰੀ ਸੀ, ਹੁਣ ਇਹਦੇ ਵਿੱਚ ਜਾ ਕੇ ਪਤਾ ਲੱਗੂਗਾ ਕਿ ਬੱਚੇ ਨੂੰ ਕਿੰਨੀ ਕੁ ਨੌਲੇਜ ਹੈਗੀ ਆ। ਬਾਕੀ ਉਹਦੇ ਵਿੱਚ ਇਹੀ ਸੀਗਾ ਕਿ ਕਦੋਂ ਡੈਥ ਹੋਈ ਆ, ਕਦੋਂ ਨੇ ਜਨਮ ਹੋਇਆ, ਕਿਹੜੇ ਗੁਰੂ ਨੇ ਕਿਹੜਾ ਗੁਰਦੁਆਰਾ ਕੀਤਾ ਸੀਗਾ, ਸਥਾਪਿਤ ਕੀਤਾ ਸੀਗਾ। ਇਹਦੇ ਵਿੱਚ ਜ਼ਿਆਦਾ ਨੌਲੇਜ ਜਿਹੜੀ ਰਿਟਨ 'ਚ ਮਿਲ ਜਾਂਦੀ ਹੈਗੀ ਆ, ਗੂਗਲ 'ਤੇ ਨਹੀਂ ਮਿਲਦੀ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਹਾਂਜੀ, ਰਿਟਨ 'ਚ ਜ਼ਿਆਦਾ ਮਿਲਦੀ ਆ, ਉੱਦਾਂ ਗੂਗਲ 'ਤੇ ਕਈ ਵਾਰ ਗਲਤ ਵੀ ਹੁੰਦਾ। ਬੱਚਿਆਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਹੈਗੀ ਹੈ ਵੀ ਗੂਗਲ ਦੇ ਵਿੱਚ ਸਰਚ ਕਰਦੇ ਨੇ, ਕਿਤੇ ਨਾ ਕਿਤੇ ਥੋੜ੍ਹੀ ਬਹੁਤ ਗਲਤ ਜਾਣਕਾਰੀ ਗੂਗਲ ਦੇ ਵਿੱਚ ਹੁੰਦੀ ਹੈ, ਲੇਕਿਨ ਲਿਖਤ ਰੂਪ 'ਚ ਆਪਣੇ ਕੋਲ ਹੈਗੀਆਂ ਨੇ ਜਾਂ ਅੱਜ ਇਹਨਾਂ ਨੇ ਐਗਜ਼ਾਮ ਦਿੱਤਾ ਹੈਗਾ ਉਹਦੇ ਵਿੱਚ ਜਾਣਕਾਰੀ ਭਰਪੂਰ ਹੁੰਦੀ ਹੈਗੀ ਆ। ਤੁਸੀਂ ਦੇਖਦੇ ਰਹੋ ਲਾਈਵ 'ਤੇ ਚੈਨਲ। ਕੀ ਨਾਮ ਹੈ ਤੁਹਾਡਾ? ਜਸਪ੍ਰੀਤ ਕੌਰ। ਅੱਜ ਕਿਹੜੀ ਜਗ੍ਹਾ ਤੁਸੀਂ ਆਏ ਹੋ? ਲੁਧਿਆਣੇ ਕਾਲਜ ਸਰਾਂਬਾ ਕਾਲਜ। ਤੇ ਇਹ ਅੱਜ ਕੀ ਕੰਪੀਟੀਸ਼ਨ ਕਰਵਾਇਆ ਗਿਆ, ਤੁਹਾਡਾ ਕਿਸ ਚੀਜ਼ ਦਾ ਪੇਪਰ ਹੋਇਆ ਅੱਜ? ਇਹਦੇ ਵਿੱਚ ਗੁਰਸਿੱਖੀ ਦਾ ਹੋਇਆ ਆ ਕੰਪੀਟੀਸ਼ਨ, ਅਤੇ ਇਹਦੇ ਵਿੱਚ ਗੁਰੂਆਂ ਬਾਰੇ ਪੁੱਛਿਆ ਗਿਆ ਆ, ਅਤੇ ਬਾਕੀ ਨੌਲੇਜ ਹੋਰ ਵੀ ਹੈ। ਇਸ ਨੌਲੇਜ ਨੂੰ ਤੁਸੀਂ ਕਿੰਨਾ ਕੁ ਜ਼ਰੂਰੀ ਸਮਝਦੇ ਹੋ, ਅਤੇ ਕੀ ਸਵਾਲ ਤੁਹਾਨੂੰ ਪੇਪਰ ਦੇ ਵਿੱਚ ਆਏ ਸੀ, ਦੱਸ ਸਕਦੇ ਹੋ ਥੋੜ੍ਹਾ ਜਿਹਾ? ਬਹੁਤ ਜ਼ਰੂਰੀ ਹੈ ਇਹ ਵੀ। ਇਹਦੇ ਵਿੱਚ ਗੁਰੂਆਂ ਬਾਰੇ ਆਇਆ ਸੀਗਾ, ਗੁਰੂਆਂ ਦੀ ਜਨਮ ਕਦੋਂ ਹੋਇਆ, ਉਹਨਾਂ ਦੇ ਉਹਨਾਂ ਨੇ ਕਿਹੜਾ ਕਿਹੜਾ ਗੁਰਦੁਆਰਾ ਵਸਾਇਆ, ਉਹਨਾਂ ਦੇ ਬਾਕੀ ਕੋਈ ਵੀ ਰਿਲੇਟਿਵ ਵੀ। ਤੁਸੀਂ ਇਸ ਤੋਂ ਪਹਿਲਾਂ ਸਿੱਖੀ ਇਤਿਹਾਸ ਬਾਰੇ ਕਿੰਨਾ ਕੁ ਜਾਣੂ ਸੀ? ਥੋੜ੍ਹਾ ਜਿਹਾ ਜਾਣੂ ਸੀਗੇ, ਬਾਕੀ ਥੋੜ੍ਹਾ ਹੁਣ ਇਹਦੇ ਵਿੱਚ ਜਾ ਕੇ ਪਤਾ ਲੱਗਾ। ਜਿਹੜੀਆਂ ਤੁਹਾਡੇ ਨਾਲ ਹੋਰ ਵੀ ਸਕੂਲ ਦੇ ਵਿੱਚ ਪੜ੍ਹਦੀਆਂ ਕੁੜੀਆਂ ਜਾਂ ਜਿਹੜੇ ਦੇਖ ਰਹੇ ਨੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ, ਔਰ ਕਿੰਨਾ ਕੁ ਜ਼ਰੂਰੀ ਹੈ ਪੇਪਰ? ਕਿ ਗੁਰਸਿੱਖੀ ਨਾਲ ਜੁੜੋ, ਇਹ ਵਾਲਾ ਪੇਪਰ ਦਵੋ, ਵਧੀਆ ਆ ਜ਼ਿੰਦਗੀ ਲਈ ਵੀ।